ਬੀਤੇ ਦਿਨੀ ਪਿੰਡ ਮਾਛੀਵਾੜਾ ਨੇੜੇ ਹੋਏ ਐਕਸੀਡੈਂਟ ਦੌਰਾਨ ਜ਼ਖਮੀ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ। ਮਾਛੀਹੜ ਦੇ ਵਿਚਾਲੇ ਹੋਇਆ, ਮਾਛੀਹੜ ਦੇ ਬਾਰੇ ਕੇ ਵਿਚਾਲੇ ਹੋਇਆ ਸੀ। ਕਿਵੇਂ ਹੋਇਆ, ਕਿਸ ਤਰ੍ਹਾਂ ਹੋਇਆ? ਤੇ ਉਹ ਘਰਾਂ ਨੂੰ ਲਗਾ ਹੁੰਦਾ ਸੀ ਪੱਠੇ ਲੈ ਕੇ, ਉਹ ਮੁੰਡੇ ਨੇ ਜਾਣ ਕੇ ਮੁੰਡਾ ਮੇਰਾ ਭਰਾ ਪਿਆ ਆਪਦੇ ਹੱਥ 'ਤੇ ਚੱਲਿਆ ਸੀ, ਉਹਨੇ ਜਾਣ ਕੇ ਮੋਟਰਸਾਈਕਲ ਵਿੱਚ ਮਾਰਿਆ ਸੀ। ਪਹਿਲਾਂ ਵੀ ਇੱਕ ਦੂਜੀ ਦੇ ਗੱਲ ਪੈ ਸੀ, ਇਸ ਕਰਕੇ ਉਹਨਾਂ ਨੇ ਪਤਾ ਨਹੀਂ ਕਿਵੇਂ ਲੱਤ ਮੇਰੇ ਭਰਾ ਦੀ ਵੱਢ ਦਿੱਤੀ। ਸਾਡੀ ਕੋਈ ਸੁਣਾਈ ਨਹੀਂ ਹੋ ਰਹੀ। ਪੁਲਿਸ ਨੇ ਕੋਈ ਮੁਕੱਦਮਾ ਦਰਜ ਕੀਤਾ? ਹਾਂ ਕੀਤਾ ਜੀ, 12 ਤਰੀਕ ਦਾ ਐਕਸੀਡੈਂਟ ਹੋਇਆ ਜੀ। ਨਹੀਂ, ਪੁਲਿਸ ਨੇ ਕੋਈ ਕਾਰਵਾਈ ਕੀਤੀ? ਕੁਛ ਨਹੀਂ ਕੀਤਾ ਜੀ। ਤੁਸੀਂ ਤੁਹਾਡੀ ਕੀ ਮੰਗ? ਸਾਡੀ ਮੰਗ ਇਹਨੂੰ ਇਨਸਾਫ ਮਿਲਾ ਜੀ। ਤੁਹਾਡਾ ਹਾਂਜੀ ਕੀ ਹੈ, ਇਹ ਐਕਸੀਡੈਂਟ ਹੋਇਆ ਕੀ, ਕਿਵੇਂ ਹੋਇਆ, ਕਿਸ ਤਰ੍ਹਾਂ ਹੋਇਆ ਸੀ? ਮਾਛੀਹੜ ਕਿਹਦੇ ਨਾਲ ਹੋਇਆ? ਮੋਟਰਸਾਈਕਲ। ਕੌਣ ਸੀ, ਕੀ ਲੱਗਦਾ? ਸਾਡਾ ਕੁਛ ਨਹੀਂ ਲੱਗਦਾ। ਹੈਂ? ਸਾਡਾ ਮੁੰਡਾ ਕਿਹੜਾ? ਹਾਂ ਸਾਡਾ ਮੁੰਡਾ ਮੇਰਾ ਪੁੱਤਰ ਲੱਗਦਾ। ਅੱਛਾ, ਤਾਂ ਪੁਲਿਸ ਨੇ ਕਾਰਵਾਈ ਕੀਤੀ ਇਹਦੇ ਬਾਰੇ? ਪੁਲਿਸ ਨੇ ਨਹੀਂ ਕੀਤੀ। ਅੱਛਾ, ਹੋਰ ਤੁਹਾਡੀ ਕੀ ਮੰਗ? ਮੈਂ ਸਰਪੰਚ ਦੇ ਘਰੇ 2 ਵਾਰੀ ਗਏ ਚੁੱਕੇ ਹਾਂ, ਉਹਦੀ ਮਿਹਨਤ ਕਰ ਚੁੱਕੇ ਅਸੀਂ, ਉਹਨੇ ਸਾਡੀ ਨਹੀਂ ਸੁਣੀ। ਅੱਜ ਕੀ ਹੋਇਆ ਦੀ? ਅੱਜ ਦੀ ਦੇ ਤੋਂ। ਅੱਛਾ, ਤੁਸੀਂ ਕਹਦਾ? ਹਾਂਜੀ, ਸਾਡੇ ਨਾਲ ਨਹੀਂ ਟੁਰਾ। ਤੁਹਾਡੀ ਕੀ ਮੰਗ? ਸਾਡੀ ਮੰਗ ਹੈ ਵੀ ਉਹਨੂੰ ਸਜ਼ਾ ਸੁਣਾਈ ਜਾਵੇ ਜੀ। ਭਾਅ ਜੀ ਕੀ ਨਾਮ ਤੁਹਾਡਾ? ਗੁਰਦੇਵ ਸਿੰਘ ਜੀ ਮੇਰਾ ਨਾਮ। ਹਾਂ, ਕੀ ਹੋਇਆ, ਕੀ ਹੈ? ਐਕਸੀਡੈਂਟ ਹੋਇਆ ਜੀ 12 ਤਰੀਕ ਦਾ, ਤਕਰੀਬਨ 4 ਕੁ ਵਜੇ ਦੇ ਕਰੀਬ, 3:30-4 ਵਜੇ ਦੇ ਕਰੀਬ। ਅਤੇ ਆਪਣੇ ਮਹਿੰਦਰ ਸਿੰਘ ਜਿਹੜਾ ਉਹ ਆ ਰਿਹਾ ਸੀ ਫਿਰੋਜ਼ਪੁਰ ਵੱਲੋਂ, ਅਤੇ ਪਿੱਪਲ ਸਿੰਘ ਜਾ ਰਿਹਾ ਸੀ, ਤੇਜ਼ ਰਫ਼ਤਾਰ 'ਚ ਸੀ ਜੀ। ਹਾਂਜੀ ਹਾਂਜੀ। ਅਤੇ ਵੱਜਦਿਆਂ ਨਾਲ ਹੀ ਸੀ ਉਹਦੀ ਲੱਤ ਟੁੱਟ ਗਈ, ਵੱਢੀ ਗਈ ਜੀ। ਅਤੇ ਉਸ ਤੋਂ ਬਾਅਦ ਪੁਲਿਸ ਰਿਪੋਰਟ ਕੀਤੀ ਸੀ, ਪੁਲਿਸ ਰਿਪੋਰਟ ਆ ਕੇ ਉਹਨਾਂ ਨੇ ਬਿਆਨ ਲਿਖੇ ਸੀ ਪਿੱਪਲ ਸਿੰਘ ਦੇ, ਔਰ ਜਿਹੜਾ ਮਹਿੰਦਰ ਸਿੰਘ ਜੀ ਉਹ ਅੰਮ੍ਰਿਤਸਰ ਦਾਖਲ ਕਰਤਾ ਸੀ ਜੀ, ਇੱਥੋਂ ਸਿਵਲ ਹੋਸਪਿਟਲ ਤੋਂ ਸਿੱਧਾ ਅੰਮ੍ਰਿਤਸਰ ਪਹੁੰਚ ਗਿਆ ਸੀ ਜੀ, ਉਹਨਾਂ ਨੇ ਰੈਫਰ ਕੀਤਾ ਸੀ। ਉਸ ਤੋਂ ਬਾਅਦ ਜੀ ਅੱਜ ਸਵੇਰੇ ਤਕਰੀਬਨ 4 ਕੁ ਵਜੇ ਉਸਦੀ ਮੌਤ ਹੋ ਗਈ ਮਹਿੰਦਰ ਸਿੰਘ ਦੀ ਜੀ, ਅਤੇ ਪੁਲਿਸ ਨੇ ਜੀ ਕੋਈ ਕਾਰਵਾਈ ਨਹੀਂ ਕੀਤੀ ਜੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ SI ਦਰਸ਼ਨ ਲਾਲ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਮਾਛੀਵਾੜਾ ਦੇ ਮਹਿੰਦਰ ਸਿੰਘ ਉਰਫ ਸੋਨੂ ਮੋਟਰਸਾਈਕਲ ਨਾਲ ਐਕਸੀਡੈਂਟ ਦੌਰਾਨ ਜ਼ਖਮੀ ਹੋ ਗਿਆ ਸੀ ਅਤੇ ਜਿਸ ਨੂੰ ਇਲਾਜ ਲਈ ਰਣਜੀਤ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੱਸਿਆ ਕਿ ਇਲਾਜ ਦੌਰਾਨ ਅੱਜ ਉਹਦੀ ਮੌਤ ਹੋ ਗਈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ 279 ਅਤੇ 304 APS ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਮਿਤੀ 12 ਨੂੰ ਇੱਕ ਨਜ਼ਦੀਕ ਮਾਛੀਵਾੜਾ ਪਿੰਡ ਐਕਸੀਡੈਂਟ ਹੋਇਆ ਸੀ, ਜਿਸ ਵਿੱਚ ਮਹਿੰਦਰ ਸਿੰਘ ਉਰਫ ਸੋਨੂ ਜਿਹੜਾ ਮੁੰਡਾ ਜਖਮੀ ਹੋਇਆ ਸੀ ਅਤੇ ਜੋ ਰਣਜੀਤ ਹਸਪਤਾਲ ਅੰਮ੍ਰਿਤਸਰ ਸਾਹਿਬ ਦਾਖਲ ਸੀਗਾ, ਅਤੇ ਜਿਸ ਦੀ ਅੱਜ ਸਾਨੂੰ ਇਤਲਾਹ ਮਿਲੀ ਕਿ ਮੌਤ ਹੋ ਗਈ ਹੈ, ਜਿਸ ਦੇ ਸੰਬੰਧ ਵਿੱਚ ਜਿਹੜੀ ਲਾਸ਼ ਹੈ ਉਹ ਸਿਵਲ ਹਸਪਤਾਲ ਫਿਰੋਜ਼ਪੁਰ ਲਿਆਂਦੀ ਗਈ ਹੈ ਅਤੇ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਕਿ ਜਿਹੜੀ ਜੋ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਕਿਹੜੀ ਧਾਰਾ ਨਾਲ? ਧਾਰਾ ਜੀ 279 ਅਤੇ 304 IPC ਦੇ ਵਿੱਚ ਨਾ ਕਰਕੇ ਅਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਜਿਹੜੀ ਪੋਸਟਮਾਰਟਮ ਕਰਾ ਕੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ਤੋਂ ਗੁਰਮੇਜ ਸਿੰਘ ਦੀ ਰਿਪੋਰਟ, ATV ਨਿਊਜ਼।